ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਜ ਬਰਾੜ ਤੇ ਤੁਸੀਂ ਜੁੜ ਚੁੱਕੇ ਹੋ SB ਫੈਕਟ ਵਾਈਵ ਦੇ ਨਾਲ। ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਐਸਾ ਐਕਟਰ ਜਿਸ ਨੂੰ ਜਿੱਥੇ ਮਰਜ਼ੀ ਫਿੱਟ ਕਰ ਦੋ ਉੱਥੇ ਹੀ ਪਰਫੈਕਟ ਹੋ ਜਾਂਦਾ ਹੈ, ਜਿਵੇਂ ਬਾਲੀਵੁੱਡ ਵਿੱਚ ਰਾਜਪਾਲ ਯਾਦਵ, ਜਿੱਥੇ ਮਰਜ਼ੀ ਜਿਹੜਾ ਮਰਜ਼ੀ ਕਿਰਦਾਰ ਹੋਵੇ ਬਖੂਬੀ ਨਿਭਾਉਂਦੇ ਨੇ। ਗੱਲ ਕਰਾਂਗੇ ਰਾਣਾ ਰਣਵੀਰ ਦੀ। ਵੀਡੀਓ ਸਕਿੱਪ ਨਾ ਕਰਿਓ, ਰਾਣਾ ਰਣਵੀਰ ਨੇ ਇੱਕ ਐਸਾ ਕੰਮ ਵੀ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਖੁਸ਼ ਹੋਵੋਗੇ, ਤੁਹਾਡੀ ਵੀ ਸੋਚ ਬਦਲ ਜਾਵੇਗੀ। ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਣਾ ਰਣਵੀਰ ਦੇ ਇੱਕ ਕਿਰਦਾਰ ਬਾਰੇ ਜਿਸ ਤੇ ਹਾਲ ਹੀ ਵਿੱਚ ਸਵਾਲ ਕੀਤੇ ਗਏ ਅਤੇ ਇਹ ਗੱਲ ਕਹੀ ਗਈ ਵੀ ਰਾਣਾ ਰਣਵੀਰ ਇੱਕ ਕਮਿਊਨਿਟੀ ਦੀ ਡਿਸਰਿਸਪੈਕਟ ਕਰਦਾ, ਇੱਕ ਕਮਿਊਨਿਟੀ ਦਾ ਮਜ਼ਾਕ ਬਣਾਇਆ ਗਿਆ। ਦੋਸਤੋ, ਤੁਸੀਂ ਨੇ ਜੱਟ ਐਂਡ ਜੂਲੀਅਟ ਫਿਲਮ ਦੇਖੀ ਹੋਣੀ ਹੈ, ਦੋ ਪਾਰਟ ਇਸ ਦੀ ਆ ਚੁੱਕੀ ਹੈ, ਤੀਜਾ ਪਾਰਟ ਆਪਾਂ ਨੂੰ ਬਹੁਤ ਜਲਦ ਦੇਖਣ ਨੂੰ ਮਿਲੇਗਾ। ਜੱਟ ਐਂਡ ਜੂਲੀਅਟ ਵਿੱਚ ਸ਼ੈਂਪੀ ਦਾ ਕਿਰਦਾਰ ਤੁਸੀਂ ਨੇ ਦੇਖਿਆ, ਹੁਣ ਇਸ ਸ਼ੋਟ ਨੂੰ ਲੋਕਾਂ ਵੱਲੋਂ ਤਾਂ ਬਹੁਤ ਪਸੰਦ ਕੀਤਾ ਗਿਆ, ਪਰ ਹੁਣ ਕੁਛ ਲੋਕਾਂ ਵੱਲੋਂ ਇਸ ਤੇ ਸਵਾਲ ਕੀਤੇ ਗਏ, ਇਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ। ਜਿਵੇਂ ਰਾਣਾ ਰਣਵੀਰ ਦਾ ਬੋਲਣ ਦਾ ਸਟਾਈਲ, ਜੋ ਪਹਿਨਾਵਾ ਦਿਖਾਇਆ ਗਿਆ, ਦਰਅਸਲ ਇੱਕ ਸੀਨੀਅਰ ਪੱਤਰਕਾਰ ਨੇ ਆਪਣੇ ਵਿਚਾਰ ਰੱਖੇ ਇਸ ਤੇ। ਪੱਤਰਕਾਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਾਣਾ ਰਣਵੀਰ ਫਿਲਮ ਵਿੱਚ ਬੋਲਦਾ ਦਿਖਾਇਆ ਗਿਆ, ਉਸ ਤਰ੍ਹਾਂ ਪੰਜਾਬ ਵਿੱਚ ਕੋਈ ਵੀ ਪੰਜਾਬੀ ਨਹੀਂ ਬੋਲਦਾ। ਇਹਨਾਂ ਗੱਲਾਂ ਕਰਕੇ ਇੱਕ ਕਮਿਊਨਿਟੀ ਮਜ਼ਾਕ ਦਾ ਪਾਤਰ ਬਣੀ ਹੋਈ ਹੈ, ਇੱਕ ਕਮਿਊਨਿਟੀ ਨੂੰ ਇਹਨਾਂ ਗੱਲਾਂ ਕਰਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਪੰਜਾਬੀ ਇਸ ਤਰ੍ਹਾਂ ਕੋਈ ਵੀ ਨਹੀਂ ਬੋਲਦਾ। ਪੱਤਰਕਾਰ ਦੀ ਛੋਟੀ ਜਿਹੀ ਕਲਿੱਪ ਦੇਖੋ, ਉਸ ਤੋਂ ਬਾਅਦ ਆਪਾਂ ਵੀਡੀਓ ਦੇ ਅੱਗੇ ਗੱਲਬਾਤ ਕਰਦੇ ਹਾਂ। ਉਵੇਂ ਉਹ ਜਿਹੀਆਂ ਹਰਕਤਾਂ ਕਰਨ ਵਾਲਾ ਮੈਂ ਨਹੀਂ ਦੇਖਿਆ ਜੇ ਤੱਕ। ਮੈਂ ਬਿਲਕੁਲ ਅਸਾਂ ਆਉਂ ਕਰਨਾ ਸਿੱਖਿਆ, ਆਉਂ ਕਰਨਾ ਨਹੀਂ ਸਿੱਖਿਆ। ਐ ਕਿੰਨੇ ਬੰਦੇ ਟੱਕਰੇ ਆ ਤੁਹਾਨੂੰ? ਮੈਨੂੰ ਨਹੀਂ ਟੱਕਰੇਗੇ, ਪਰ ਮੇਰਾ ਇੱਕ ਲਿਫਟ ਜੇ ਦੇਨੀ ਜੇ ਐ ਕਿੰਨੇ ਐ ਬੋਲਦੇ ਹੋਏ ਦੱਸੋ, ਐ ਐ ਬੋਲਦਾ ਵੀਰ ਜੀ, ਲਿਫਟ ਲਿਫਟ ਦੇਨੀ ਜੇ ਐ ਬੋਲਦੇ ਕਿੰਨੇ ਬੰਦੇ ਟੱਕਰੇ, ਮੈਨੂੰ ਦਿਖਾਓ ਇੱਕ ਬੰਦਾ ਨਹੀਂ ਮਿਲੇ। ਤਾਂ ਤੁਸੀਂ ਇੱਕ ਖਾਸ ਇੱਕ 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 ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਘਟੀਆ ਤੇ ਗੰਦਾ ਮਜ਼ਾਕ ਉਹਦੇ ਚੋਂ ਪੈਦਾ ਕਰਦੇ ਹੋ ਔਰ ਉਹਦੇ ਤੇ ਲੋਕ ਹੱਸਦੇ ਆ। ਤਾਂ ਇੱਥੇ ਤੁਹਾਨੂੰ ਦੱਸਦੀ ਕਿ ਹੁਣ ਰਾਣਾ ਰਣਵੀਰ ਨੇ ਪਹਿਲੀ ਵਾਰ ਕਿਸੇ ਦਾ ਜਵਾਬ ਦਿੱਤਾ ਹੈ। ਰਾਣਾ ਰਣਵੀਰ ਨੂੰ ਪਹਿਲਾਂ ਤੁਸੀਂ ਨੇ ਕਦੇ ਕਿਸੇ ਕੰਟਰੋਵਰਸੀ ਵਿੱਚ ਨਹੀਂ ਦੇਖਿਆ ਹੋਵੇਗਾ, ਪਹਿਲਾਂ ਕਦੇ ਤੁਸੀਂ ਨੇ ਰਾਣਾ ਰਣਵੀਰ ਨੂੰ ਕਿਸੇ ਵਿਵਾਦ ਵਿੱਚ ਨਹੀਂ ਦੇਖਿਆ ਹੋਵੇਗਾ, ਪਹਿਲੀ ਵਾਰ ਰਾਣਾ ਰਣਵੀਰ ਨੇ ਚੁੱਪੀ ਤੋੜੀ ਹੈ, ਇਸ ਦਾ ਜਵਾਬ ਦਿੱਤਾ ਹੈ। ਇੱਕ ਪੋਡਕਾਸਟ ਦੇ ਵਿੱਚ ਰਾਣਾ ਰਣਵੀਰ ਨੂੰ ਇਹ ਗੱਲ ਕਹੀ ਗਈ ਕਿ ਕਈ ਲੋਕ ਤੁਹਾਡੇ ਤੇ ਨਾਰਾਜ਼ ਨੇ, ਜੋ ਤੁਹਾਡਾ ਜੱਟ ਐਂਡ ਜੂਲੀਅਟ ਵਿੱਚ ਕਿਰਦਾਰ ਹੈ ਉਸ ਨੂੰ ਲੈ ਕੇ ਕਈ ਲੋਕਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ। ਤਾਂ ਰਾਣਾ ਰਣਵੀਰ ਨੇ ਅੱਗੋਂ ਕੀ ਕਿਹਾ, ਆਓ ਲੈ ਚੱਲਦੇ ਹਾਂ ਉਸ ਵੀਡੀਓ ਵੱਲ ਨੂੰ। ਦਸਤਾਰ ਨੂੰ ਵੀ ਬਹੁਤ ਸੋਹਣਾ ਕਰਦੇ ਹੋ, ਪਰ ਕੁਛ ਲੋਕ ਕਹਿੰਦੇ ਨੇ ਵੀ ਇਹ ਇੱਕ ਪੱਗ ਵਾਲੇ ਬੰਦੇ ਨੂੰ ਇੱਕ ਉਦਾਂ ਮਜ਼ਾਕ ਦਾ ਪਾਤਰ ਜਿਹਾ ਬਣਾ ਕੇ ਦਿਖਾ। ਨਹੀਂ ਨਹੀਂ, ਮੇਰੇ ਸੁਣਨ ਵਿੱਚ ਆਇਆ, ਮੈਂ ਬੜਾ ਨੈਗੇਟਿਵਿਟੀ ਵੱਲ ਧਿਆਨ ਦਿੰਦਾ ਹੁੰਦਾ, ਮੈਂ ਆਪਣੇ ਕੰਮ ਕਰਨੀ ਟਾਰਗੇਟ ਰੱਖਦਾ। ਇੰਨਾ ਵੀ ਸ਼ੀਸ਼ੇ ਮੂਹਰੇ ਖੜ ਕੇ ਪੁੱਛ ਲੈਣਾ ਵੀ ਤੂੰ ਸੱਚੀ ਹੋਏ ਕੀਤਾ, ਜੇ ਮੇਰੇ ਅੰਦਰੋਂ ਨਾ ਦੀ ਜਵਾਬ ਆ ਵੀ ਤੂੰ ਇਹੋ ਜਿਹਾ ਕੰਮ ਤਾਂ ਕੀਤਾ ਨਹੀਂ, ਕੋਈ ਬਦਤਮੀਜ਼ੀ ਨਹੀਂ ਕੀਤੀ, ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ, ਮੈਂ ਤਾਂ ਬਹੁਤ ਸਾਲ ਹੋ ਗਏ ਆਪਣੇ ਮੂੰਹ ਚੋਂ ਕਦੇ ਕਿਸੇ ਕਾਸਟ ਦਾ ਨਾਂ ਨਹੀਂ ਲਿਆ। ਔਰ ਦੂਜਾ ਸ਼ੈਂਪੀ ਦਾ ਕਰੈਕਟਰ ਕਿਤੇ ਵੀ ਜਿਹੜਾ ਵੀ ਸੁਣਿਆ ਵੀ ਉਹ ਸ਼ਬਦ ਵਰਤਦੇ ਨੇ ਕਿਸੇ ਕਾਸਟ ਨਾਲ, ਕਿਸੇ ਬਰਾਦਰੀ ਨਾਲ ਜੁੜ ਕੇ, ਨਾ ਤਾਂ ਤਿੰਨੇ ਫਿਲਮਾਂ ਵਿੱਚ ਉਹ ਕਾਸਟ ਬਰਾਦਰੀ ਦਾ ਨਾਂ ਲਗਾਇਆ ਗਿਆ ਕਿਤੇ, ਨਾ ਹੀ ਦਸਤਾਰ ਦੀ ਪੱਗ ਦੀ ਬੇਇੱਜ਼ਤੀ ਕੀਤੀ ਹੈ। ਮੈਂ ਤਾਂ ਮੜਾਸਾ ਬੰਨ ਕੇ ਵੀ ਕਰੈਕਟਰ ਬਣਿਆ, ਮੈਂ ਤਾਂ ਪਰਨੇ ਵੀ ਬੰਨੇ ਨੇ, ਮੈਂ ਬਹੁਤ ਅੱਜ ਤੱਕ 12-13 ਦੀਆਂ ਪੱਗਾਂ ਬੰਨ ਕੇ, ਪੁਲਿਸ ਵਾਲੀ ਪੱਗ ਬੰਨ ਕੇ ਵੀ ਆਏ ਆ ਸਾਰੇ। ਫੁੱਲ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਇਸ ਦੇ ਨਾਲ ਹੀ ਵੱਧਦੇ ਹਾਂ ਵੀਡੀਓ ਦੇ ਅੱਗੇ। ਹੁਣ ਇੱਥੇ ਗੱਲ ਕਰਦੇ ਹਾਂ ਰਾਣਾ ਰਣਵੀਰ ਦੇ ਇਸ ਕੰਮ ਬਾਰੇ, ਜੋ ਸੁਣ ਕੇ ਹਰ ਕੋਈ ਖੁਸ਼ ਹੋਇਆ। ਦੋਸਤੋ, ਬੀਤੇ ਕੁਝ ਸਮੇਂ ਪਹਿਲਾਂ ਰਾਣਾ ਰਣਵੀਰ ਨੇ ਆਪਣੀ ਧੀ ਦਾ ਵਿਆਹ ਕੀਤਾ। ਆਪਣੇ ਪੰਜਾਬੀਆਂ ਦੇ ਜਦੋਂ ਵਿਆਹ ਹੁੰਦਾ, ਇੱਕ ਪੱਲੇ ਦੀ ਰਸਮ ਹੁੰਦੀ ਹੈ, ਪਿਤਾ ਇਸ ਰਸਮ ਨੂੰ ਨਿਭਾਉਂਦਾ, ਪਿਤਾ ਨੂੰ ਪੱਲੇ ਦੀ ਰਸਮ ਲਈ ਕਿਹਾ ਜਾਂਦਾ। ਪਰ ਜਦ ਰਾਣਾ ਰਣਵੀਰ ਨੂੰ ਲੜਕੀ ਦੇ ਵਿਆਹ ਮੌਕੇ ਇਸ ਰਸਮ ਲਈ ਕਿਹਾ ਗਿਆ, ਤਾਂ ਰਾਣਾ ਰਣਵੀਰ ਨੇ ਇਹ ਅਹੁਦਾ ਜਾਂ ਕਹਿ ਸਕਦੇ ਹਾਂ ਇਹ ਜਗ੍ਹਾ, ਇਹ ਰਸਮ ਕਰਨ ਲਈ ਆਪਣੀ ਪਤਨੀ ਨੂੰ ਅੱਗੇ ਕੀਤਾ। ਰਾਣਾ ਰਣਵੀਰ ਦੀ ਇੱਕ ਡਿਫਰੈਂਟ ਸੋਚ ਹੈ, ਔਰਤ ਬਿਨਾਂ ਜਹਾਨ ਨਹੀਂ ਦੇਖਿਆ ਜਾ ਸਕਦਾ, ਦੁਨੀਆ ਨਹੀਂ ਦੇਖੀ ਜਾ ਸਕਦੀ। ਮਾਂ ਆਪਣੇ ਲਈ ਗੋਡ ਗਿਫਟ ਹੈ, ਭੈਣਾਂ ਆਪਣੇ ਲਈ ਗੋਡ ਗਿਫਟ ਹੈ, ਵਾਈਫ ਆਪਣੇ ਲਈ ਗੋਡ ਗਿਫਟ ਹੈ, ਔਰਤ ਤੋਂ ਬਿਨਾਂ ਦੁਨੀਆ ਨਹੀਂ ਦੇਖ ਸਕਦੇ। ਰਾਣਾ ਰਣਵੀਰ ਨੇ ਆਪਣੀ ਪਤਨੀ ਨੂੰ ਕਿਹਾ ਵੀ ਮੇਰਾ ਕੋਈ ਹੱਕ ਨਹੀਂ ਹੈ ਕਿ ਮੈਂ ਮੇਰੀ ਧੀ ਨੂੰ ਵਿਦਾ ਕਰਾਂ। ਲੜਕੀ ਦਾ ਪਾਲਣ ਪੋਸ਼ਣ ਤੂੰ ਕੀਤਾ, ਉਸ ਨੂੰ ਅੱਛੇ ਸੰਸਕਾਰ ਦਿੱਤੇ, ਤਾਂ ਫਿਰ ਲੜਕੀ ਨੂੰ ਵਿਦਾ ਕਰਨ ਦਾ ਵੀ ਹੱਕ ਮਾਂ ਦਾ ਹੈ। ਬਾਕੀ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਇਹ ਜ਼ਰੂਰ ਦੇਖਿਓ। ਉਹਨਾਂ ਨੂੰ ਮੈਂ ਕਿਹਾ ਤੁਸੀਂ ਪੱਲਾ ਫੜਾਓ, ਮੇਰੀ ਵਾਈਫ ਨੇ ਪੱਲਾ ਫੜਾਇਆ ਅਤੇ ਮੈਂ ਹੱਥ ਪਿੱਛੇ ਕਰਕੇ ਪੱਲਾ ਫੜਾਇਆ। ਮੈਂ ਕਿਹਾ ਮੇਰਾ ਕੋਈ ਅਧਿਕਾਰ ਨਹੀਂ ਧੀ ਤੋਰਨ ਦਾ, ਇਹਦੇ ਪਾਲਣ ਪੋਸ਼ਣ ਸਾਰਾ ਕੁਝ ਤੂੰ ਕੀਤਾ, 9 ਮਹੀਨੇ ਕੁੱਖ 'ਚ ਰੱਖ ਕੇ ਤੂੰ ਇਹਨੂੰ ਪੈਦਾ ਕੀਤਾ। ਪਹਿਲਾਂ ਅਧਿਕਾਰ ਪੱਲਾ ਫੜਾਉਣ ਦਾ ਮਾਂ ਦਾ ਹੋਣਾ ਚਾਹੀਦਾ, ਅਤੇ ਉਹ ਗੱਲ ਇੰਨੇ ਵਧੀਆ ਪੋਜ਼ੀਟਿਵ ਤਰੀਕੇ ਨਾਲ ਲੋਕਾਂ ਨੇ ਜਾਈ ਕਿ ਸਰੀ ਵਿੱਚ ਵੀ ਕਈ ਵਿਆਹ ਹੋਏ, ਉਦੋਂ ਬਾਅਦ ਮਾਂ ਬਾਪ ਨੇ ਇਕੱਠਿਆਂ ਨੇ ਪੱਲਾ ਫੜਾਇਆ। ਅਤੇ ਜਿਹੜੇ ਆਪਣੇ ਭਾਈ ਸਾਹਿਬ ਢੱਡਰੀਆਂ ਵਾਲੇ ਨੇ, ਰਣਜੀਤ ਸਿੰਘ ਜੀ, ਉਹਨਾਂ ਨੇ ਇੱਕ ਆਪਣੇ ਲੈਕਚਰ ਵਿੱਚ ਕਿਹਾ ਕਿ ਮੈਨੂੰ ਵੀ ਇਹ ਕਦੇ ਦਿਮਾਗ 'ਚ ਗੱਲ ਨਹੀਂ ਆਈ ਸੀ, ਰਾਣੇ ਨੇ ਇਹ ਗੱਲ ਸਾਡੇ ਤੋਂ ਕੀਤੀ ਹੈ, ਮੈਂ ਅੱਜ ਤੋਂ ਬਾਅਦ ਜਿੱਥੇ ਕਿਤੇ ਵੀ ਆਨੰਦ ਕਾਰਜ ਕਰਾਉਣ ਜਾਊਂਗਾ ਮੈਂ ਆਵਾਜ਼ ਦਊਂਗਾ ਕਿ ਮਾਂ ਦੇ ਨਾਲ ਪਿਓ ਖੜਾ ਹੋਵੇ, ਦੋਨੇ ਪੱਲਾ ਫੜਾਉਣ, ਜੇ ਪਿਓ ਨਹੀਂ ਹੈਗਾ ਤਾਂ ਸਿਰਫ ਮਾਂ ਪੱਲਾ ਫੜਾਵੇ, ਹੋਰ ਕਿਸੇ ਦਾ ਅਧਿਕਾਰ ਨਹੀਂ ਬਣਦਾ। ਲੋ ਵੀ ਸੁਣ ਲਓ ਕੈਨੇਡਾ ਵਾਲੇ, ਮੇਰੇ ਕੋਲ ਬਹੁਤ ਮੈਸੇਜ ਆਉਂਦੇ ਭੈਣਾਂ ਦੇ, ਉਹ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ। ਇਹ ਵੀਡੀਓ ਤੁਸੀਂ ਕਿਤੋਂ ਕਿਤੋਂ ਵੇਖ